ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿੱਦਾਂ ਜੀ? ਸਾਰੇ ਵਧੀਆ? ਆਪਾਂ ਵੀ ਬਹੁਤ ਵਧੀਆ। ਅੱਜ ਆਪਾਂ ਆਏ ਸੀਗੇ ਜੀ ਨਕੋਦਰ ਮੱਥਾ ਟੇਕਣ, ਤੁਹਾਨੂੰ ਦਰਸ਼ਨ ਕਰਾਉਂਦੇ ਆ। ਜੋ ਲੋਈ ਅੰਦਰ ਦਰਬਾਰ ਦੇ ਮੱਥਾ ਟੇਕਣ ਗਏ ਸੀ, ਦਰਸ਼ਨ ਤਾਂ ਬਹੁਤ ਵਧੀਆ ਹੋ ਗਏ ਨੇ। ਅੰਦਰ ਕੈਮਰਾ ਅਲਾਊਡ ਨਹੀਂ ਸੀਗਾ ਤਾਂ ਕਰਕੇ ਬਾਹਰ ਆ ਕੇ ਦੁਬਾਰਾ ਵੀਡੀਓ ਕੰਟੀਨਿਊ ਕਰਨੀ ਪੈ ਰਹੀ ਆ। ਤੁਹਾਨੂੰ ਇਹਨਾਂ ਗੱਡੀਆਂ ਦਿਖਾਉਂਦਾ ਵਾ, ਦੇਖੋ ਜੀ। ਮਹਾਰਾਜਾ ਜੀ ਦੇ ਡੇਰੇ 'ਤੇ ਤਾਂ ਬਹੁਤ ਵਧੀਆ ਦਰਸ਼ਨ ਹੋ ਗਏ, ਹੁਣ ਆਪਾਂ ਅੱਗੇ ਤੁਹਾਨੂੰ ਦਿਖਾਉਂਦਾ ਵਾ ਉੱਥੇ ਦਰਸ਼ਨ ਕਰਨ ਚੱਲਦੇ ਆਪਾਂ। ਲੋਈ ਹੁਣ ਆਪਾਂ ਪਹੁੰਚੇ ਡੇਰਾ ਬਾਬਾ ਮਹਾਰਾਸ਼ਾ ਵਾਲੀ, ਅਤੇ ਉਰੇ ਤਾਂ ਮੇਰੇ ਖਿਆਲ ਨਾਲ ਕੈਮਰੇ ਦਾ ਕੋਈ ਰੋਕ ਟੋਕ ਨਹੀਂ ਹੈਗਾ, ਅਤੇ ਆਜੋ ਉਰੇ ਤੁਹਾਨੂੰ ਦਰਸ਼ਨ ਕਰਾਉਣਾ ਵਧੀਆ ਜੀ। ਬਾਕੀ ਇੱਥੇ ਸਾਰੀ ਮਾਰਕੀਟ ਬਣੀ ਹੈ, ਅਗਰ ਤੁਸੀਂ ਕੁਛ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ। ਮੈਂ ਬਹੁਤ ਆਈ ਪਸੀਨੋ ਪਸੀਨੀ ਹੋ ਗਏ ਹਾਂ, ਗੈਸ ਪੂਰੀ ਖੰਡ ਪਾ। ਹੁਣ ਆਪਾਂ ਆਏ ਜੀ ਅਲਮਸਤ ਲਾਲ ਬਾਦਸ਼ਾਹ ਜੀ ਦਰਬਾਰ 'ਚ। ਆਇਓ ਅੰਦਰ ਲੈ ਕੇ ਚੱਲਦੇ ਹਾਂ ਤੁਹਾਨੂੰ। ਦਰਸ਼ਨ ਤਾਂ ਬਹੁਤ ਵਧੀਆ ਹੋ ਗਏ ਨੇ, ਅਤੇ ਬਾਕੀ ਮੈਂ ਤੁਹਾਨੂੰ ਆਹ ਦਿਖਾਉਂਦਾ, ਪਾਰਕ ਦੇਖੋ ਕਿੰਨੀ ਸੋਹਣੀ ਬਣੀ ਹੋਈ ਆ, ਹਰ ਇੱਕ ਚੀਜ਼ ਦਾ ਕਿੰਨਾ ਵਧੀਆ ਧਿਆਨ ਰੱਖਿਆ ਜਾਂਦਾ ਵਾ। ਦੇਖੋ ਕਿੰਨੀ ਸੋਹਣੀ ਪਾਰਕ ਬਣਾ ਕੇ ਰੱਖੀ ਹੋਈ ਆ। ਬਾਕੀ ਉਹ ਸੀਗਾ ਜਿੱਥੇ ਬਾਬਾ ਜੀ ਆਰਾਮ ਕਰਦੇ ਸੀਗੇ, ਇਸ ਜਗ੍ਹਾ 'ਤੇ ਬਾਬਾ ਜੀ ਆਰਾਮ ਕਰਦੇ ਸੀਗੇ। ਦੇਖੋ ਜੀ ਕਿੰਨਾ ਸੋਹਣਾ ਵਿਊ ਆ ਰਿਹਾ। A few moments later ਅਸੀਂ ਨਕੋਦਰ ਤੋਂ ਵਾਪਸ ਆ ਰਹੇ ਸੀਗੇ, ਅਤੇ ਦੇਖੋ ਜੀ ਟੋਲ ਪਲਾਜ਼ਾ ਪਹੁੰਚੇ ਤੇ ਅਤੇ ਕਿਸਾਨੀ ਮੋਰਚਾ ਲੱਗਿਆ ਆ। ਮੈਂ ਇਹ ਕਹਿਣਾ ਸੀਗਾ ਅਸੀਂ ਜ਼ਮੀਨਾਂ ਵਾਲੇ ਨਹੀਂ ਜ਼ਮੀਰਾਂ ਵਾਲੇ ਹਾਂ, ਅਤੇ ਆਪਣੇ ਹੱਕ ਲਈ ਇੱਦਾਂ ਹੀ ਬੈਠੇ ਰਹਾਂਗੇ, ਅਤੇ ਬਹੁਤ ਜਲਦੀ ਮੈਂ ਦਿੱਲੀ ਧਰਨੇ 'ਤੇ ਵੀ ਜਾਊਂਗਾ ਜਿੰਨੀ ਜਲਦੀ ਪੋਸੀਬਲ ਹੋ ਸਕਿਆ। ਵੀ ਘਰ ਠੀਕ ਠਾਕ ਪਹੁੰਚ ਚੁੱਕੇ ਹਾਂ। ਅਗਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਲਾਈਕ ਕਰਿਓ, ਅਤੇ ਕਮੈਂਟ ਕਰਕੇ ਦੱਸਿਓ ਵੀਡੀਓ ਦੇ ਵਿੱਚ ਕੀ ਵਧੀਆ ਲੱਗਿਆ, ਅਤੇ ਆਪਾਂ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਵਿੱਚ। ਜਦ ਤੱਕ ਲਈ ਸਟੇ ਟਿਊਨਡ।